ਜਲੰਧਰ ਦੇ ਰਾਜਾ ਗਾਰਡਨ ਚ ਘਰਾਂ ਦੀ ਚਾਰ ਦੀਵਾਰੀ ਤੇ ਲੱਗ ਰਹੀਆਂ ਗ੍ਰਿਲਾਂ ਕੋਈ ਆਮ ਵਾਂਗ ਨਹੀਂ ਬਲਕਿ ਚੋਰਾਂ ਵੱਲੋਂ ਮਿਲੀ ਧਮਕੀ ਤੋਂ ਬਾਅਦ ਘਰ ਨੂੰ ਸੁਰੱਖਿਅਤ ਰੱਖਣ ਦੇ ਲਈ ਲਗਾਈਆਂ ਜਾ ਰਹੀਆਂ ਨੇ। ਦੱਸ ਦਈਏ ਕਿ ਜਲੰਧਰ ਦੇ ਰਾਜਾ ਗਾਰਡਨ ਚ ਬੇਖੌਫ ਚੋਰ ਘਰਾਂ ਚ ਚੋਰੀ ਕਰਨ ਤੋਂ ਪਹਿਲਾਂ ਵਾਰਨਿੰਗ ਲੈਟਰ ਦੇ ਕੇ ਜਾ ਰਹੇ ਨੇ, ਜਿਸ ਤੋਂ ਬਾਅਦ ਘਰਦਿਆਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਗ੍ਰਿਲਾਂ ਲਗਵਾਈਆਂ ਜਾ ਰਹੀਆਂ ਨੇ। ਇੱਥੇ ਦੱਸ ਦਈਏ ਕਿ ਚੋਰਾਂ ਦੇ ਵੱਲੋਂ ਇੱਕ ਘਰ ਦੀ ਛੱਤ ਤੇ ਚਿੱਠੀ ਸੁੱਟੀ ਗਈ, ਜਿਸ ਦੇ ਉੱਪਰ ਲਿਖਿਆ ਸੀ ਕਿ ਫਿਰ ਆਵਾਂਗੇ। ਅਜਿਹੀਆਂ ਚਿੱਠੀਆਂ ਦੇ ਕਾਰਨ ਇਲਾਕਾ ਨਿਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ। ਲੇਡੀਜ਼ ਇੱਕ ਆਪਣੇ ਛੱਤ ਦੇ ਉੱਪਰ ਗਏ ਸੀਗੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਲੈਟਰ ਛੁੱਟੀ ਹੋਈ ਹੈ, ਕੱਢ ਕੇ ਪੜ੍ਹੀ, ਫਿਰ ਉੱਥੇ ਲਿਖਿਆ ਅਸੀਂ ਫਿਰ ਆਵਾਂਗੇ ਚੋਰ। ਮਤਲਬ ਚੈਲੰਜ ਕਰ ਰਹੇ ਆ ਪੂਰਾ ਕਿ ਅਸੀਂ ਆਵਾਂਗੇ, ਤੁਸੀਂ ਜੋ ਮਰਜ਼ੀ ਕਰ ਲਓ। ਅਤੇ ਜਦੋਂ ਆਏ ਹਾਂ ਤਾਂ ਤਾਲੇ ਟੁੱਟੇ ਹੋਏ ਸੀਗੇ, ਸਾਰਾ ਸਮਾਨ ਖੁੱਲ ਰਿਹਾ ਪਿਆ ਸੀਗਾ ਅਤੇ ਜਵੈਲਰੀ ਵਗੈਰਾ ਜਾਂ ਕੈਸ਼ ਵਗੈਰਾ ਸਾਰਾ ਨਿਕਲ ਚੁੱਕਾ ਸੀ। ਉਧਰ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਆਰੋਪੀਆਂ ਨੂੰ ਫੜ ਲਿਆ ਜਾਵੇਗਾ। ਜਿੱਥੋਂ ਤੱਕ ਸਿਕਿਉਰਿਟੀ ਪੱਖ ਦਾ ਸਵਾਲ ਹੈਗਾ, ਸਾਡੀ PCR ਸਾਡੇ ਡਿਊਟੀ ਅਫਸਰ ਸਾਰੇ ਏਰੀਆ ਦੇ ਵਿੱਚ ਗਸ਼ਤ ਰੱਖੇ ਹੋਏ ਹਨ। ਜਿਹੜੀ CCTV ਫੁਟੇਜ ਸਾਨੂੰ ਅਵੇਲੇਬਲ ਹੋਈ ਹੈ ਉਹ ਲਗਭਗ ਅਸੀਂ ਆਈਡੈਂਟੀਫਾਈ ਕਰ ਹੀ ਲਈ ਹੋਈ ਹੈ ਤੇ ਅਸੀਂ ਇਸ ਕੇਸ ਨੂੰ ਜ਼ਰੂਰ ਕ੍ਰੈਕ ਕਰਾਂਗੇ। ਸਰ, ਜਿਹੜੇ IO ਸਾਹਿਬ ਉੱਥੇ ਗਏ ਸੀਗੇ, ਅਸੀਂ ਜਾਂਚ ਕਰ ਰਹੇ ਹਾਂ, ਫਿਲਹਾਲ ਦੋ ਚੋਰੀਆਂ ਅਟੈਂਪਟ ਹੋਈ ਜਿਹਦੀ ਸਾਡੇ ਕੋਲ ਰਿਪੋਰਟ ਆਈ ਹੈ। ਤੇ ਸਰ, ਕਿਹੜੇ ਪਿਛਲੇ ਦਸੰਬਰ ਦੇ ਵਿੱਚ ਦੀ ਉੱਤੇ ਚੋਰੀ ਹੋਈ, ਜਿਹੜੀ ਲੱਕਾਂ ਦਾ ਨੁਕਸਾਨ ਹੋਇਆ ਸੀ ਉਹਦਾ ਹਾਲੇ ਤੱਕ ਕੀ? ਦਸੰਬਰ ਵਾਲੀ ਦਾ ਹਾਲੇ ਮੈਨੂੰ ਅਵੇਅਰ ਨਹੀਂ ਹੈ, ਆਪਾਂ ਚੈੱਕ ਕਰਕੇ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗੇ। ਦੱਸ ਦਈਏ ਕਿ ਪਿਛਲੇ 15 ਦਿਨਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਈ ਘਰਾਂ ਦੇ ਵਿੱਚ ਚੋਰੀਆਂ ਹੋ ਚੁੱਕੀਆਂ ਨੇ, ਜਿਸ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਜਲੰਧਰ ਤੋਂ ਵਿਨੇ ਸ਼ਰਮਾ, ਦੈਨਿਕ ਸਵਰਾ TV। ਦੇ ਵਿੱਚ ਤੁਹਾਡੀ ਇੱਕ ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ। 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ: ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।